ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸਨੇ ਕਿ ਕਈ ਲੋਕਾਂ ਨੂੰ ਟੱਕਰ ਮਾਰੀ ਹੈ। ਜੀਆਂ ਤੁਹਾਨੂੰ ਵੱਖ ਵੱਖ ਤਸਵੀਰਾਂ ਦਿਖਾਵਾਂਗੇ, ਹਾਲਾਂਕਿ ਪਹਿਲੀ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਕਿਵੇਂ ਇਸ ਕਾਰ ਨੇ ਪਹਿਲਾਂ ਤਾਂ ਬਾਈਕ ਸਵਾਰਾਂ ਨੂੰ ਟੱਕਰ ਮਾਰੀ, ਹਾਲਾਂਕਿ ਜਦੋਂ ਬਾਈਕ ਸਵਾਰਾਂ ਨੂੰ ਟੱਕਰ ਮਾਰਦੀ ਹੈ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਕਾਰ ਚਾਲਕ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤੇ ਜਿਵੇਂ ਹੀ ਉੱਥੋਂ ਫਰਾਰ ਹੁੰਦਾ ਤਾਂ ਸਾਹਮਣੇ ਇੱਕ ਬਜ਼ੁਰਗ ਜੋੜਾ ਖੜਾ ਹੁੰਦਾ ਤੇ ਜਦੋਂ ਉਸ ਜੋੜੇ ਦੇ ਵਿੱਚ ਕਾਰ ਵੱਜਦੀ ਹੈ ਤਾਂ ਉੱਥੋਂ ਵੀ ਕਾਰ ਚਾਲਕ ਫਰਾਰ ਹੋ ਜਾਂਦਾ। ਹਾਲਾਂਕਿ ਇਸ ਘਟਨਾ ਦੇ ਵਿੱਚ ਕਰੀਬ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਸੀਸੀਟੀਵੀ ਤਸਵੀਰਾਂ ਆਪਣੇ ਆਪ ਦੇ ਵਿੱਚ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ, ਕਿਉਂਕਿ ਇੱਕ ਕਾਰ ਨੇ ਬੇਕਾਬੂ ਹੋ ਕੇ ਕਈ ਲੋਕਾਂ ਨੂੰ ਟੱਕਰ ਮਾਰੀ ਹੈ। ਤਾਂ ਵੱਖ ਵੱਖ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹਾਲਾਂਕਿ ਪਹਿਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਹੈ, ਤੇ ਉਸ ਤੋਂ ਬਾਅਦ ਜਿਵੇਂ ਹੀ ਇੱਥੋਂ ਬਾਈਕ ਸਵਾਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਅੱਗੇ ਨਿਕਲਦੀ ਹੈ ਤਾਂ ਅੱਗੇ ਜਾ ਕੇ ਇੱਕ ਬਜ਼ੁਰਗ ਜੋੜਾ ਖੜਾ ਹੁੰਦਾ ਹੈ, ਹਾਲਾਂਕਿ ਉਸ ਨੂੰ ਵੀ ਟੱਕਰ ਮਾਰ ਦਿੱਤੀ ਜਾਂਦੀ ਹੈ। ਤਾਂ ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਕਿੰਨੇ ਭਿਆਨਕ ਤਰੀਕੇ ਦੇ ਨਾਲ ਬੇਕਾਬੂ ਹੋਈ ਤੇ ਇੱਕ ਤੋਂ ਬਾਅਦ ਇੱਕ ਕਰਦੀ ਕਈਆਂ ਨੂੰ ਰੋਂਦਦੀ ਹੋਈ ਨਜ਼ਰ ਆਈ ਹੈ। ਅੱਜ ਸਵੇਰੇ ਕਰੀਬ 8:05 ਤੇ ਮੁਨਸ਼ੀ ਨੇ ਮੈਨੂੰ ਦੱਸਿਆ ਕਿ ਸਰ ਤੁਸੀਂ ਡਿਊਟੀ ਅਫਸਰ ਹੋ ਅਤੇ ਰਜਿੰਦਰਾ ਹਸਪਤਾਲ ਰੇਲਵੇ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ, ਮੌਕਾ 'ਤੇ ਪਹੁੰਚੋ। ਤਾਂ ਮੈਂ ਮੌਕਾ ਪਰ ਪਹੁੰਚਿਆ ਅਤੇ ਉੱਥੇ ਜੋ 3 ਵਿਅਕਤੀ ਇੰਜਰਡ ਹੋਏ ਸੀ ਉਹਨਾਂ ਨੂੰ ਐਂਬੂਲੈਂਸ 'ਤੇ ਪਾ ਕੇ ਇਲਾਜ ਲਈ ਹੋਸਪਿਟਲ ਪਹੁੰਚਾ ਦਿੱਤਾ ਸੀ। ਬਾਕੀ ਉਹ ਜੋ ਕਾਨੂੰਨ ਅਨੁਸਾਰ ਹੋਊਗੀ, ਜੋ ਦੋਸ਼ੀ ਹੋਇਆ ਉਹਦੇ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸਨੇ ਕਿ ਕਈ ਲੋਕਾਂ ਨੂੰ ਟੱਕਰ ਮਾਰੀ ਹੈ। ਜੀਆਂ ਤੁਹਾਨੂੰ ਵੱਖ ਵੱਖ ਤਸਵੀਰਾਂ ਦਿਖਾਵਾਂਗੇ, ਹਾਲਾਂਕਿ ਪਹਿਲੀ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਕਿਵੇਂ ਇਸ ਕਾਰ ਨੇ ਪਹਿਲਾਂ ਤਾਂ ਬਾਈਕ ਸਵਾਰਾਂ ਨੂੰ ਟੱਕਰ ਮਾਰੀ, ਹਾਲਾਂਕਿ ਜਦੋਂ ਬਾਈਕ ਸਵਾਰਾਂ ਨੂੰ ਟੱਕਰ ਮਾਰਦੀ ਹੈ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਕਾਰ ਚਾਲਕ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤੇ ਜਿਵੇਂ ਹੀ ਉੱਥੋਂ ਫਰਾਰ ਹੁੰਦਾ ਤਾਂ ਸਾਹਮਣੇ ਇੱਕ ਬਜ਼ੁਰਗ ਜੋੜਾ ਖੜਾ ਹੁੰਦਾ ਤੇ ਜਦੋਂ ਉਸ ਜੋੜੇ ਦੇ ਵਿੱਚ ਕਾਰ ਵੱਜਦੀ ਹੈ ਤਾਂ ਉੱਥੋਂ ਵੀ ਕਾਰ ਚਾਲਕ ਫਰਾਰ ਹੋ ਜਾਂਦਾ। ਹਾਲਾਂਕਿ ਇਸ ਘਟਨਾ ਦੇ ਵਿੱਚ ਕਰੀਬ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਸੀਸੀਟੀਵੀ ਤਸਵੀਰਾਂ ਆਪਣੇ ਆਪ ਦੇ ਵਿੱਚ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ, ਕਿਉਂਕਿ ਇੱਕ ਕਾਰ ਨੇ ਬੇਕਾਬੂ ਹੋ ਕੇ ਕਈ ਲੋਕਾਂ ਨੂੰ ਟੱਕਰ ਮਾਰੀ ਹੈ। ਤਾਂ ਵੱਖ ਵੱਖ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਹਾਲਾਂਕਿ ਪਹਿਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਹੈ, ਤੇ ਉਸ ਤੋਂ ਬਾਅਦ ਜਿਵੇਂ ਹੀ ਇੱਥੋਂ ਬਾਈਕ ਸਵਾਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਅੱਗੇ ਨਿਕਲਦੀ ਹੈ ਤਾਂ ਅੱਗੇ ਜਾ ਕੇ ਇੱਕ ਬਜ਼ੁਰਗ ਜੋੜਾ ਖੜਾ ਹੁੰਦਾ, ਹਾਲਾਂਕਿ ਉਸ ਨੂੰ ਵੀ ਟੱਕਰ ਮਾਰ ਦਿੱਤੀ ਜਾਂਦੀ ਹੈ। ਤਾਂ ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਕਿੰਨੇ ਭਿਆਨਕ ਤਰੀਕੇ ਦੇ ਨਾਲ ਬੇਕਾਬੂ ਹੋਈ ਤੇ ਇੱਕ ਤੋਂ ਬਾਅਦ ਇੱਕ ਕਰਦੀ ਕਈਆਂ ਨੂੰ ਰੋਂਦਦੀ ਹੋਈ ਨਜ਼ਰ ਆਈ ਹੈ। ਅੱਜ ਸਵੇਰੇ ਕਰੀਬ 8:05 ਤੇ ਮੁਨਸ਼ੀ ਨੇ ਮੈਨੂੰ ਦੱਸਿਆ ਕਿ ਸਰ ਤੁਸੀਂ ਡਿਊਟੀ ਅਫਸਰ ਹੋ ਅਤੇ ਰਜਿੰਦਰਾ ਹਸਪਤਾਲ ਰੇਲਵੇ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ, ਮੌਕਾ 'ਤੇ ਪਹੁੰਚੋ। ਤਾਂ ਮੈਂ ਮੌਕਾ ਪਰ ਪਹੁੰਚਿਆ ਅਤੇ ਉੱਥੇ ਜੋ 3 ਵਿਅਕਤੀ ਇੰਜਰਡ ਹੋਏ ਸੀ ਉਹਨਾਂ ਨੂੰ ਐਂਬੂਲੈਂਸ 'ਤੇ ਪਾ ਕੇ ਇਲਾਜ ਲਈ ਹੋਸਪਿਟਲ ਪਹੁੰਚਾ ਦਿੱਤਾ ਸੀ। ਬਾਕੀ ਉਹ ਜੋ ਕਾਨੂੰਨ ਅਨੁਸਾਰ ਹੋਊਗੀ, ਜੋ ਦੋਸ਼ੀ ਹੋਇਆ ਉਹਦੇ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।